ਸਮਾਜਿਕ ਰਿਸ਼ਤਿਆਂ ਵਿੱਚ ਅੱਜ ਇਸ ਹੱਦ ਤੱਕ ਗਿਰਾਵਟ ਆ ਚੁੱਕੀ ਹੈ ਕਿ ਇਨਸਾਨ ਕੁਝ ਪੈਸਿਆਂ ਦੇ ਲਈ ਵੱਡੇ ਤੋਂ ਵੱਡਾ ਜੁਰਮ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਦਾ। ਅਜਿਹਾ ਹੀ ਮਾਮਲਾ ਮੰਡੀ ਗੋਬਿੰਦਗੜ੍ਹ ਵਿੱਚ ਸਾਹਮਣੇ ਆਇਆ, ਜਿਸ ਵਿੱਚ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੇ ਪ੍ਰਵਾਸੀ ਦੋਸਤ ਨੂੰ ਉਧਾਰ ਦਿੱਤੇ ਕੇਵਲ 10,000 ਰੁਪਏ ਵਾਪਸ ਨਾ ਕਰਨ ਤੇ ਉਸਦੇ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ। ਬੇਸ਼ੱਕ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਬੜੀ ਮੁਸ਼ਕਲ ਤੋਂ ਬਾਅਦ ਕੇਵਲ 4 ਦਿਨ ਵਿੱਚ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ, ਪਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਪ੍ਰਵਾਸੀ ਵਿਅਕਤੀ ਅਜੇ ਵੀ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ। ਮਿਤੀ 9/9/16 ਨੂੰ ਸਤੀਸ਼ ਕੁਮਾਰ ਲੜਕਾ ਕੋਈ 4-5 ਸਾਲ ਉਮਰੇ ਦੀ, ਇੱਕ ਮਨੋਜ ਕੁਮਾਰ ਨਾਂ ਦਾ ਬਿਹਾਰ ਦਾ ਰਹਿਣ ਵਾਲਾ ਇਹਨੂੰ ਅਗਵਾ ਕਰਕੇ ਲੈ ਗਿਆ ਸੀਗਾ। ਵਜ੍ਹਾ ਰੰਜਿਸ਼ ਇਹ ਸੀ ਕਿ ਜਿਹੜਾ ਵਿਨੋਦ ਕੁਮਾਰ ਆ ਲੜਕੇ ਦੇ ਬਾਪ ਤੋਂ ਉਹਨੇ 10,000 ਰੁਪਇਆ ਲੈਣਾ ਸੀ, ਅਤੇ ਇਸ ਕਰਕੇ ਉਹਨੂੰ ਕੁਛ ਪੈਸੇ ਉਹਨੇ ਵਿੱਚੋਂ ਮੋੜ ਤੇ ਕੁਛ ਦੇਣੇ ਸੀ। ਅਤੇ ਜਦੋਂ ਡਾਕਟਰ ਕੌਸ਼ਲ ਦੀ ਦੁਕਾਨ 'ਤੇ ਆਏ ਇੱਥੇ ਗੋਬਿੰਦਗੜ੍ਹ, ਤਾਂ ਉਹ ਆਪਣੀ ਮਿਸੀ ਨੂੰ ਚੈੱਕਅਪ ਕਰਾਉਣ ਲੱਗਿਆ ਜਿਹੜਾ ਲੜਕੇ ਦਾ ਬਾਪ ਸੀਗਾ, ਅਤੇ ਉਹ ਫਿਰ ਉਹ ਲੜਕੇ ਨੂੰ ਅਗਵਾ ਕਰਕੇ ਲੈ ਗਿਆ। ਸਰਦਾਰ ਹਰਚਰਨ ਸਿੰਘ ਭੁੱਲਰ IPS SSP ਸਾਹਿਬ ਫਤਿਹਗੜ੍ਹ ਸਾਹਿਬ ਦਿਸ਼ਾ ਨਿਰਦੇਸ਼ਾਂ 'ਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਟੀਮਾਂ ਨੇ ਅੱਡੋ ਅੱਡ ਥਾਵਾਂ 'ਤੇ ਰੇਡ ਕੀਤੇ, ਜਿਵੇਂ ਰਾਜਸਥਾਨ, ਖੰਨਾ, ਲੁਧਿਆਣਾ, ਸਰਹੰਦ, ਸਮਰਾਲਾ, ਅਤੇ ਇਹਦੇ ਵਿੱਚ ਸਾਡੇ ਇੰਸਪੈਕਟਰ ਕਮਲਜੀਤ ਜਿਹੜੇ SHO ਲੱਗੇ ਹੋਏ ਆ ਮੰਡੀ ਗੋਬਿੰਦਗੜ੍ਹ, ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ। ਉਹਨਾਂ ਨੇ ਆਪ ਰੇਡ ਕੀਤੇ ਨਾਲ ਜਾ ਕੇ, ਉਸ 'ਤੇ ਜਿਹੜਾ ਬੱਚਾ ਅਗਵਾ ਕਰਨ ਵਾਲਾ ਵਿਨੋਦ ਕੁਮਾਰ ਇੰਨਾ ਪ੍ਰੈਸ਼ਰ ਬਣਾਇਆ ਗਿਆ, ਉਹਨੂੰ ਬੱਚਾ ਛੱਡਣ ਲਈ ਮਜਬੂਰ ਹੋਣਾ ਪਿਆ। ਅੱਜ ਸਵੇਰੇ ਸਰਦਾਰ ਨਗਰ ਮੰਡੀ ਗੋਬਿੰਦਗੜ੍ਹ ਦੇ ਨਾਲ ਹੀ ਪੈਂਦਾ, ਉੱਥੇ ਪੀਰ ਦੀ ਜਗ੍ਹਾ 'ਤੇ ਬੱਚੇ ਨੂੰ ਛੱਡ ਗਿਆ ਸੀਗਾ, ਆਪ ਤੋਂ ਫਰਾਰ ਹੋ ਗਿਆ। ਉਹਦੀ ਭਾਲ ਜਾਰੀ ਹੈ, ਉਹ ਵੀ ਛੇਤੀ ਗ੍ਰਿਫਤਾਰ ਹੋ ਗਈ। ਬੱਚੇ ਦੀ ਉਮਰ ਹੈਗੀ 4-5 ਸਾਲ, ਨਹੀਂ ਅਜੇ ਗ੍ਰਿਫਤਾਰ ਨਹੀਂ ਹੋਇਆ, ਉਹ ਸਾਡੀ ਪੁਲਿਸ ਪਾਰਟੀਆਂ ਦੇ ਪਿੱਛੇ ਆ, ਉਹ ਵੀ ਗ੍ਰਿਫਤਾਰ ਛੇਤੀ ਹੋ ਗਈ। ਲੁਧਿਆਣਾ ਤੋਂ ਸੰਜੇ ਸੈਣੀ ਦੀ ਰਿਪੋਰਟ, ਜਗਸੇਵਕ ਵੈਬ TV।